ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਵੇਖਦੇ ਪਏ ਪਾਕ ਵਤਨ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਹਰ ਨਵੀਂ ਆਈ ਦਾ ਨੋਟੀਫਿਕੇਸ਼ਨ ਦੋਸਤਾਂ ਤੱਕ ਬਆਸਾਨੀ ਪਹੁੰਚ ਸਕੇ। ਤੁਸੀਂ ਉਹ ਦੇਖਦੇ ਰਹੋ ਔਰ ਜਾਨਵਰ ਪਸੰਦ ਕਰਦੇ ਰਹੋ। ਅੱਜ ਦੀ ਵੀਡੀਓ ਦੋਸਤੋ ਮਾਸ਼ਾਅੱਲਾ ਇੱਕ ਲਾਜਵਾਬ ਤੋਹਫਾ ਕੱਢਾ ਦੋਸਤਾਂ ਵਾਸਤੇ। ਮੱਥੇ ਤੋਂ ਉੱਚਾ, ਹੱਥ ਤੱਕ ਉੱਚਾ ਕਰੀਏ, ਇੱਡਾ ਵੱਡਾ ਬਰੀਡਰ ਹੈ, ਬੋਲੇ ਮਾਸ਼ਾਅੱਲਾ ਇੰਤਹਾਈ ਨਸਲੀ ਜਾਤੀ, ਬਹੁਤ ਹੀ ਆਲਾ ਤੋਂ ਆਲਾ ਬਰੀਡ ਦਾ ਇਨਸ਼ਾਅੱਲਾ ਤਾਲਾ ਕੈਮਰਾਮੈਨ ਬਰੀਡਰ ਨੂੰ ਨਜ਼ਰ ਬਣਵਾਉਂਦਾ ਪਿਆ ਹੈ। ਮਾਸ਼ਾਅੱਲਾ ਸਭ ਤੋਂ ਪਹਿਲੇ ਬਰੀਡਰ ਦੀ ਮੁੱਛ ਵੇਖਣੀ ਹੈ। ਮਾਸ਼ਾਅੱਲਾ ਜਿਵੇਂ ਮਰਦਾਂ ਨੂੰ ਲੱਗੀ ਹੁੰਦੀ ਹੈ, ਦੋ ਕੁੰਗਲ ਦੀ ਲੰਮੀ, ਬਿਲਕੁਲ ਸਾਈਡ 'ਤੇ ਥੱਲੂ ਖਾਡੀ ਵੀ ਥੋੜ੍ਹੀ ਜਿਹੀ ਸਫੈਦ ਅਸੂ, ਔਰ ਅੱਖਾਂ ਇਨਸ਼ਾਅੱਲਾ ਤਾਲਾ ਅੱਲਾ ਨੇ ਇੰਝ ਲਾਈਆਂ ਜਿਵੇਂ ਬਲਬ ਜਗਦੇ ਪਏ ਹੁੰਦੇ ਨੇ। ਦੋਵੇਂ ਅੱਖਾਂ ਐਡੀਆਂ ਮੋਟੀਆਂ, ਬਿਲਕੁਲ ਇੱਕੋ ਜਿਹੀਆਂ, ਨਿੱਕੀ ਜਿਹੀ ਫੁੱਲੀ ਹੈ। ਬਰੀਡਰ ਦਾ ਸਿਰ ਵੇਖਣਾ ਹੈ। ਮਾਸ਼ਾਅੱਲਾ ਕਈ ਬਰੀਡਰ ਹੁੰਦੇ ਨੇ ਮਾਦੀ 'ਚ ਪਾਉਂਦੇ ਨੇ, ਨਰ ਦੀ ਸ਼ਕਲ 'ਚ ਹੈ ਵੀ ਨਰ। ਮਾਸ਼ਾਅੱਲਾ ਛੋਟੀ ਜਿਹੀ ਫੁੱਲੀ, ਅੱਖਾਂ ਦੋਵੇਂ ਸਫੈਦ, ਸਿੰਘੀ ਵੇਖਣੀ ਕਿੱਡੀ ਮਜ਼ਬੂਤ ਔਰ ਪਾਵਰ ਵਾਲੀ। ਮਾਸ਼ਾਅੱਲਾ ਦੋਹਰੀ ਕਿੰਗਰੀ ਵਾਲੀ, ਬਿਲਕੁਲ ਮੋੜ 'ਤੇ ਸੈਂਟਰ ਦੇ ਵਿੱਚ ਕੱਠ ਅੰਦਰ ਰੱਖੀ ਖੜਾ ਹੈ। ਕੰਨ ਬਰੀਡਰ ਦੇ ਛੱਜਾਂ ਵਰਗੇ ਨੇ, ਔਰ ਦੌਣ ਵੇਖਣੀ ਹੈ। ਮਾਸ਼ਾਅੱਲਾ ਥੱਬੇ ਵਿੱਚ ਨਹੀਂ ਆਉਂਦੀ, ਔਰ ਮਾਸ਼ਾਅੱਲਾ ਮਾਲਕਾਂ ਦਾ ਲਾਡਾਂ ਪਿਆਰਾਂ ਨਾਲ ਸਾਂਭ ਹੋਇਆ ਹੈ। ਬੜੇ ਵੱਡੇ ਕੱਦ ਨੇ, ਬੜੇ ਵੱਡੇ ਜੋੜ ਨੇ ਜੋੜਾਂ ਦਾ। ਜਨਾਬ 4-5 ਤੋਂ ਜ਼ਿਆਦਾ ਬਰੀਡਰ ਦੀ ਕੰਡ ਚੌੜੀ ਹੈ, 4-5 ਫੁੱਟ ਤੋਂ ਜ਼ਿਆਦਾ ਸੀਨਾ ਬਰੀਡਰ ਦਾ ਚੌੜਾ ਹੈ, ਔਰ ਪੈਰ ਵੇਖਣੇ ਨੇ ਮਾਸ਼ਾਅੱਲਾ ਐਡੇ ਐਡੇ ਮੋਟੇ ਜਿਵੇਂ ਉੱਠਦੇ ਹੁੰਦੇ ਨੇ। ਮਾਸ਼ਾਅੱਲਾ ਕੰਡ ਤੀਰ ਸਿੱਧੀ ਪੱਧਰੀ, ਪਛਮ ਚੰਗੀ, ਐਡਾ ਵੱਡਾ ਬਰੀਡਰ ਹੋ ਤੇ ਦੋਸਤੋ ਪੱਖੀ ਵੇਖਣੀ ਹੈ, ਬਿਲਕੁਲ ਐਵੇਂ ਛੋਟੀ ਜਿਹੀ, ਡਾਕਾਂ ਚੰਗੀਆਂ, ਸਿੰਗਲ ਹੱਡੀ, ਪਿਛਲੇ ਪੈਰ ਦੋ ਦੋ ਤਿੰਨ ਤਿੰਨ ਉਂਗਲ ਦੇ ਫਾਇਦੇ ਨੇ। ਮਾਸ਼ਾਅੱਲਾ ਜਾਣਨ ਦਿਓ ਥੋੜ੍ਹਾ ਜਿਹਾ। ਇਹ ਦੋਸਤੋ ਇੱਕ ਫਾਰਮ ਵਿੱਚ ਵੀ ਬਰੀਡਰ ਖੜ੍ਹਾ ਹੈ, ਉਹਦੇ ਨਾਲ ਮਸਤੀ ਕਰ ਰਹੀ ਹੈ। ਮਾਸ਼ਾਅੱਲਾ ਪਿੱਛੋਂ ਵੇਖੋ ਬਰੀਡਰ, ਜਨਾਬ ਦੇ ਲਈ ਦੋ ਹੱਥੇ ਲੰਮੇ ਕਰੀਏ, ਇੰਨਾ ਚੌੜਾ ਹੈ। ਇਹ ਕੰਡ ਦੇ ਵਿੱਚ ਖੇੜੀ ਨਜ਼ਰ ਆ ਰਹੀ ਹੈ ਦੋਸਤਾਂ ਨੂੰ, ਇੱਡੀ ਚੌੜੀ ਕੰਡ ਜੁੱਟੇ ਦੀ। ਮਾਸ਼ਾਅੱਲਾ 4-5 ਤੋਂ ਜ਼ਿਆਦਾ ਸਿੰਗਲ ਹੱਡੀਆਂ ਦਾ, ਦੋਨੋਂ ਪ੍ਰਾਂਤਾਂ ਜਿੱਡਾ ਪੁੱਠਾ ਚੌੜਾ, 2 ਫੁੱਟ ਦਾ ਖੁੱਡਾ, ਇੱਥੇ ਮਗਰੂ ਪੱਟ ਵੇਖਣੇ ਨੇ। ਮਾਸ਼ਾਅੱਲਾ ਕਿੱਡੇ ਮਜ਼ਬੂਤ ਔਰ ਪਾਵਰ ਵਾਲੇ ਨੇ, ਪੂਛਲ ਬਿਲਕੁਲ ਡੋਰ ਵਰਗੀ। ਇਹ ਪੱਟਾਂ ਨਜ਼ਰ ਮਾਰਨ ਮਾਸ਼ਾਅੱਲਾ ਲਮਕਿਆ ਪਿਆ ਅਤੇ ਮੋਛਵੇਂ ਪੱਟ, ਮਾਸ਼ਾਅੱਲਾ ਕਿਆ ਬਾਤ ਹੈ। ਬੜੇ ਦੋਸਤਾਂ ਨੇ ਬਰੀਡਰ ਕੋਲ ਵੇਖੇ ਹੋਣੇ ਨੇ, ਪਰ ਅੱਜ ਤੱਕ ਸਾਨੂੰ ਨਜ਼ਰ ਨਹੀਂ ਆਇਆ ਇੱਡੇ ਵੱਡੇ ਜੋੜਾਂ ਦਾ ਔਰ ਇੱਡਾ ਵੱਡਾ। ਮਾਸ਼ਾਅੱਲਾ ਐਡੀਆਂ ਵੱਡੀਆਂ ਮੱਝਾਂ ਨੇ ਤੇ ਨਾਲ ਹੀ ਲੱਗਦਾ ਕੱਟੀਆਂ ਨੇ, ਕੱਟੀਆਂ ਨੇ ਮੈਂ ਗੱਲ ਹੈ ਜੀ। ਮਾਸ਼ਾਅੱਲਾ ਅੱਲਾ ਪਾਕ ਇਹਨੂੰ ਨਜ਼ਰੇਬਾਦ ਤੋਂ ਬਚਾਵੇ। ਬੜੇ ਅੱਛੇ ਘਰਾਨੇ ਦਾ ਔਰ ਅੱਛੇ ਖਾਨਦਾਨ ਦਾ, ਅੱਛੀ ਬਲੱਡ ਲਾਈਨ ਦਾ, ਬਲੈਦ ਥੋੜ੍ਹੀ ਲੰਮਾ ਹੈ ਦੋਸਤੋ। ਮੈਨੂੰ ਤਾਂ ਇੰਝ ਲੱਗ ਰਿਹਾ ਕਿ ਸ਼ਾਇਦ ਉਹ ਡਾਲੇ 'ਚ ਨਹੀਂ ਪੂਰਾ ਆਉਣਾ, ਬੜੀਆਂ ਲੰਬਾਈਆਂ ਨੇ, ਬੜੇ ਵੱਡੇ ਕੱਦ ਨੇ। ਮਾਸ਼ਾਅੱਲਾ ਬਾਕੀ ਹਰ ਚੀਜ਼ ਕੈਮਰੇ ਦੀ ਨਜ਼ਰ ਹੈ, ਦੋਸਤਾਂ ਨੇ ਖੁਦ ਵੀ ਤੱਕ ਲੈਣਾ ਹੈ, ਬਾਕੀ ਗੱਲਾਂ ਮਾਲਕ ਨਾਲ ਕਰਸਾਂ। ਮਾਸ਼ਾਅੱਲਾ ਇੱਥੇ ਦੋਸਤੋ ਅੰਦਾਜ਼ੇ ਲਾ ਲੈਣੇ ਨੇ, ਇਹ 9-10 ਫੁੱਟ ਦਾ ਪਿੱਲਰ ਹੈ, ਮੂੰਹ ਤਾਂ ਕਰਦਾ ਉਸ ਤੋਂ ਉੱਚਾ ਨਿਕਲ ਜਾਂਦਾ ਹੈ, ਤੇ ਕੰਡ ਵੀ ਜੁੱਟੇ ਦੀ ਮਾਸ਼ਾਅੱਲਾ ਪਿੱਲਰ ਦੇ ਬਰਾਬਰ ਗਈ ਖੜੀ ਹੈ। ਮਾਸ਼ਾਅੱਲਾ ਤੇ ਜਿਹੜੇ ਬਰੀਡ 'ਚ ਜਾਂ ਨਸਲ 'ਚ ਨਾ ਦੋਸਤੋ, ਇਹ ਜਿਹੜੀ ਜਗ੍ਹਾ 'ਤੇ ਖੜਾ ਹੈ ਇਨਸ਼ਾਅੱਲਾ ਤਾਲਾ ਕਮੀ ਨਹੀਂ ਹੈ। ਬਾਕੀ ਮਾਲਕ ਆਖਦੇ ਨੇ ਇਹਦੀ ਮਾਂ ਵੀ ਮੌਜੂਦ ਖੜੀ ਹੈ, ਉਹਨੂੰ ਵੀ ਤੁਹਾਨੂੰ ਨਜ਼ਰ ਉਗਵਾਸ ਹੈ।
ਮਾਲਕ ਆਖਦੇ ਨੇ ਕਹਿੰਦੀ ਮਾਂ ਬਿਲਕੁਲ ਮੌਕੇ ਤੇ ਮੌਜੂਦ ਖੜੀ ਏ, ਵੇਖ ਲਓ ਆਪਦੇ ਹੱਥਾਂ ਨਾਲ ਚਵਾਈਆਂ ਕਰ ਲਓ, 8-9 ਮਹੀਨਿਆਂ ਦੀ ਮੱਝ ਸੂਈ ਹੋਈ ਏ, ਹਲੇ ਤੱਕ 20 ਲੀਟਰ ਦੁੱਧ ਦਿੱਤੀ ਜਾ ਰਹੀ ਏ, ਮਾਸ਼ਾਲਾ ਇੱਕ ਮੱਝ ਰੱਖ ਲਈਏ, ਲੋਕਾਂ ਕੋਲ 5-5 ਨੇ, ਸਾਡੀ ਮੱਝ 1-5 ਜਿੰਨਾ ਦੁੱਧ ਦਿੰਦੀ ਏ, ਇਹ ਉਸ ਮੱਝ ਦਾ ਬਰੀਡਰ ਏ। ਅਗਰ ਕਿਸੇ ਦੋਸਤ ਨੂੰ ਸ਼ੱਕ ਸ਼ੁਬਾ ਹੋਵੇ, ਸਾਡੀ ਗੱਲ ਤੇ ਯਕੀਨ ਨਾ ਕਰੇ, ਬਿਲਕੁਲ ਮੌਕੇ ਤੇ ਆ ਜਾਵੇ, ਇਨਸ਼ਾਅੱਲਾ ਤਾਲਾ ਇਹਦੀ ਮਾਂ ਵੀ ਸਾਬਤ ਕਰਾਵਾਂਗੇ, 20 ਲੀਟਰ ਦੁੱਧ ਵੀ ਚਵਾ ਤੇ ਵਿਖਾਵਾਂਗੇ, 8 ਮਹੀਨਿਆਂ ਦੀ ਮੱਝ ਸੂਈ ਹੋਈ, ਅਜੇ ਤੱਕ 20 ਲੀਟਰ ਦੁੱਧ ਦਿੱਤੀ ਜਾ ਰਹੀ ਏ। ਹੁਣ ਬੁਲਾਉਂਦੇ ਹਾਂ ਮਾਲਕਾਂ ਨੂੰ, ਉਹਨਾਂ ਕੋਲ ਮੁੱਲ ਦੇ ਬਾਰੇ ਪੁੱਛਣੇ ਹੈ, ਔਰ ਖੁਦ ਉਹਨਾਂ ਦੀ ਜ਼ਬਾਨੀ ਵੀ ਦੋਸਤਾਂ ਨੂੰ ਲੈ ਕੇ ਦਿੰਦੇ ਹਾਂ ਗੱਲਾਂ। ਇਹ ਨਹੀਂ ਕਿ ਦੋਸਤ ਆਖਣ ਕਿ ਬਾਈ ਜੀ ਮੈਂ ਆਪਦੇ ਕੋਲ ਹੀ ਗੱਲਾਂ ਬਣਾਈ ਜਾਂਦਾ ਹੈ, ਮਾਸ਼ਾਅੱਲਾ। ਅਸਲਾਮ ਅਲੈਕੁਮ ਜੀ। ਵਾਲੇਕੁਮ ਭਾਈ ਜਾਨ, ਕੀ ਹਾਲ ਚਾਲ ਹੈ? ਠੀਕ ਠਾਕ, ਸਾਰੀ ਖੈਰ ਖਰੀਅਤ ਹੈ ਜੀ? ਮਾਸ਼ਾਅੱਲਾ, ਬਰੀਡਰ ਵੇਖ ਤੇ ਬੜਾ ਦਿਲ ਰਾਜ਼ੀ ਹੋਇਆ ਭਾਈ ਦਾ, ਅੱਲਾ ਹੁਣ ਹਾਜ਼ਰ ਦੀਆਂ ਗਣਾਈਆਂ ਤੇਰੇ ਨਸੀਬਾਂ 'ਚ ਕਰੇ। ਅਗਰ ਕਿਸੇ ਦੋਸਤ ਨਾਲ ਸੌਦਾ ਹੋ ਜਾਂਦਾ ਤਾਂ ਦੁਆ ਕਰਾਂਗੇ ਅੱਲਾ ਉਹਦੇ ਵੀ ਨਸੀਬਾਂ 'ਚ ਕਰੇ। ਤੇ ਇਹ ਆਪਣਾ ਘਰ ਦਾ ਨਾ ਜੀ ਬਰੀਡਰ? ਠੀਕ ਹੋ ਗਿਆ। ਫਾਰਮ ਦੋਏ ਕਿੰਨੀ? ਇਹ ਫਾਰਮ ਕਿਹੜੇ ਘਰ ਦਾ ਜੀ? ਆਸਿਫ ਖਾਨ ਰੱਤ ਆਫ ਨੂਰਾ ਰੱਤ। ਠੀਕ ਹੈ। ਇਹ ਦੋਸਤੋ, ਇਹ ਗਵਾਂਢੀ ਨੇ, ਇਹ ਉਹਨਾਂ ਦੇ ਤਲਾਅ ਤੇ ਪਾਣੀ ਪੂਣੀ ਪਿਲਾਉਣ ਆਉਂਦੇ ਨੇ ਮੱਝਾਂ ਨੂੰ, ਇੱਥੇ ਮੱਝਾਂ ਫਾਰਮ ਤੇ ਲਿਆਉਂਦੀਆਂ ਨੇ, ਸਾਨੂੰ ਵੱਛਿਆਂ ਦੀ ਦੱਸ ਆਈ ਵੇਖਣ ਆਏ ਹਾਂ ਤੇ ਜੋਟੇ ਬਰੀਡਰ ਦੀ ਪੁੱਛ ਪੈ ਗਈ, ਤੇ ਜੋਟਾ ਦਿਲ ਨੂੰ ਚੰਗਾ ਲੱਗਾ ਤੇ ਅਸੀਂ ਆਖਿਆ ਵੀਡੀਓ ਯਾਰ ਬਣਵਾਓ ਚਾ। ਇਹ ਮੱਝ ਮਾਲਕਾਂ ਦੇ ਘਰ ਦੀ ਹੈ ਤੇ ਜਨਾਬ ਦੇ ਲਈ ਬਰੀਡਰ ਹੈ, ਰੱਥਾਂ ਦੇ ਜੋਟੇ ਦਾ ਹੀ ਹੈ ਨਾ? ਨਹੀਂ ਨਹੀਂ, ਲਿਖਣਾ ਨਹੀਂ, ਆਪਾਂ ਜਿਹੜੀ ਗੱਲ ਹੈ ਜਾਂ ਮਨ ਦੱਸਣੀ ਹੈ, ਆਦਾ ਜੋਟਾ ਇਹਦਾ ਪਿਓ ਦਾ। ਠੀਕ ਹੈ, ਉਹ ਵੀ ਚੰਗਾ ਹੋਇਆ। ਚੰਗਾ, ਠੀਕ ਹੈ। ਬਰਾਲਾ ਜਿਹੜੇ ਆਵਾਂਡ ਗਵਾਂਡ ਜੋਟੇ ਰਲਦੇ ਮਿਲਦੇ ਰਹਿੰਦੇ ਨੇ, ਤੁਹਾਡੀ ਆਦੀ ਕਿਹੜਾ ਬਰੀਡ ਗਲਤ ਹੈ? ਇਸ ਗੱਲ ਵਿੱਚ ਗਲਤ ਨਹੀਂ ਹੈ ਭਾਈ। ਕੌਣ ਬਿਰਾ? ਬਲੋਚ। ਬਲੋਚ ਹੈ ਜੀ, ਸਹੀ ਹੈ। ਇਹ ਕੋਟ ਬਲੋਚਾਂ ਵਾਲਾ ਤੇ ਅੱਗੇ ਡਾਰੀਆਂ ਡੂਰੀਆਂ ਨੇ ਮਾਲੀ। ਸਹੀ ਹੈ, ਠੀਕ ਹੋ ਗਿਆ। ਇਹ ਕਿਤਵੀਂ ਮਾਲੀ ਚੋਂ ਜਾ ਰਹੀ ਹੈ ਜੀ? ਇਹ ਦੂਸਰੀ ਮਾਲੀ ਹੈ। ਦੂਸਰੀ ਮਾਲੀ ਚ ਹੈ? ਇੱਕ ਮਾਲੀ ਦੇ ਬੱਚੇ ਅੱਗੇ ਦੇ ਚੁੱਕਾ ਤੇ ਦੂਸਰੀ ਮਾਲੀ ਤਿਆਰ। ਗੱਲ ਦੋਸਤੋ ਭਾਈ ਕਲੀਅਰ ਕਰ ਰਿਹਾ, ਸਾਡੇ ਜ਼ਿਹਨ ਚ ਹੈਗਾ ਸੀ ਕਿ ਵੀ ਰੱਥਾਂ ਦੇ ਬਰੀਡਰ ਦਾ, ਪਰ ਲੋਨੇ ਕਿ ਨਹੀਂ, ਸਾਡੀ ਆਪਣੀ ਜ਼ਾਤੀ ਪਹਿਚਾਣ ਹੈ, ਸਾਡੇ ਆਪਣੇ ਬਰੀਡਰ ਦਾ, ਝੂਠ ਨਹੀਂ ਮਾਰਨਾ। ਅੱਛਾ, ਇਹ ਦੂਸਰੀ ਮਾਲੀ ਚੋਂ ਜਾ ਰਹੀ ਹੈ ਤੇ ਇਹਦੀ ਮਾਂ ਹੈ ਮੌਜੂਦ? ਹਾਲੇ ਤੱਕ ਅਗਰ ਥੋੜਾ ਜਿਹਾ ਨੇੜੇ ਹੋਇਆ। ਅੱਛਾ, ਇਹਦੀ ਮਾਂ ਹਲੇ ਘਰ ਖੜੀ ਹੈ? ਹਾਂਜੀ, ਮੌਜੂਦ ਖੜੀ। ਠੀਕ ਹੋ ਗਿਆ। ਇਹਦਾ ਦੁੱਧ ਦੁੱਧ ਦੇ ਬਾਰੇ ਯਾਰ ਨਸਲ ਦਾ ਦੇ ਬਾਰੇ ਕੀ ਰਿਕਾਰਡ ਹੈ? ਕੈਮਰਾਮੈਨ ਸਾਹਿਬ ਥੋੜਾ ਜਿਹਾ ਨੇੜੇ ਹੋ ਗਿਆ। 9 ਮਹੀਨਿਆਂ ਦੀ ਮੱਝ ਸੂਈ ਖੜੀ ਸਾਡੇ ਫਾਰਮ ਤੇ। ਠੀਕ ਹੈ ਜੀ। 20 ਕਿਲੋ ਦੁੱਧ ਹਲੇ ਤੱਕ ਚੋ ਸਕਦੇ। ਠੀਕ ਹੈ। ਤੇ ਜਦੋਂ ਤਾਜ਼ੀ ਸੀ ਉਦੋਂ 25-26 ਲੀਟਰ ਕਰਦੀ ਸੀ ਕਿ ਉਹ 20 ਕਰਦੀ ਹੈ? ਬਿਲਕੁਲ, 25-26-27 ਲੀਟਰ ਤੱਕ ਗਈ। ਠੀਕ ਹੈ। ਤੇ ਹੁਣ ਇਸ ਟਾਈਮ ਤੇ 20 ਤੇ? 20 ਤੇ। ਬਰੀਡਰ ਆਪਣਾ ਫਰੀ ਗਈ? ਬਿਲਕੁਲ ਫਰੀ। ਮਾਸ਼ਾਅੱਲਾ, ਕਿਆ ਬਾਤ, ਕਿਆ ਬਾਤ। ਤਲਬਗਾਰ ਹੋਵੇ, ਜਿਹੜੇ ਦੋਸਤ ਦੇ ਪਸੰਦ ਆ ਜਾਵੇ, ਮੌਕੇ ਤੇ ਆਦੇ ਤਸੱਲੀਆਂ ਕਰੇ, ਬਰੀਡਰ ਦਾ ਕਾਦਬੂਤ ਵੇਖੇ, ਸੁਣਾਪ ਵੇਖੇ, ਇਹਦੀ ਮਾਂ ਵੇਖੇ, ਚੁਆਈਆਂ ਕਰੇ, ਫਿਰ ਮੁੱਲ ਕਰਸੋ। ਉਹ ਨਾ ਹੋਵੇ ਜਦੋਂ ਅਸੀਂ ਕਸਟਮਰ, ਸਾਡਾ ਵੀਰ ਬਾਈ ਕੋਈ ਆ ਜਾਵੇ
ਤੇ ਮੌਕੇ ਤੇ ਆ ਜਾਵੇ ਤੇ ਤੁਸੀਂ ਆਖੋ ਮੈਂ ਮਾਂ ਦੀ ਠੀਕ 20 ਲੀਟਰ ਦਿੰਦੀ ਪਈ ਏ ਤੇ ਮੌਕੇ ਤੇ ਆਇਆ ਹਾਂ ਤੇ ਤੂੰ ਫਾਇਦਾ ਨਹੀਂ ਉਠਾਉਣਾ ਮੁੜੋ ਨਵੇਂ ਤੁਸੀਂ ਕਾਂਡ ਬਣ ਲਵਿਆ ਤਾਂ ਵਾਸਤੇ ਅਸੀਂ ਕਹਿ ਰਹੇ ਹਾਂ ਕਿ ਬੋਲ ਹੁਣ ਤੁਸੀਂ ਦੱਸ ਦਿਓ ਕਿ ਦੋਸਤਾਂ ਨੂੰ ਪਤਾ ਲੱਗ ਜਾਵੇ ਨਹੀਂ ਨਹੀਂ ਵੇਖਣ ਤੋਂ ਸਿਵਾ ਵੇਖਣ ਤੋਂ ਸਿਵਾ ਨਹੀਂ ਤੇ ਮੁੜ ਪਾਂਡ ਨਹੀਂ ਬਣਨੀ ਜੇ ਕੋਈ ਖਰਾਬ ਹੈ ਤਾਂ ਹਾਂ ਜੋਟਾ ਤੋਂ ਤੁਹਾਡੇ ਅੱਖੇ ਸਾਹਮਣੇ ਹੈ ਹਾਂਜੀ ਵੈਸੇ 10 ਲੱਖ ਤੋਂ ਘੱਟ ਨਹੀਂ ਅੱਛਾ ਤੇ ਬਹਰਹਾਲ ਵੇਖ ਕੇ ਜਾਸੀ ਤੇ ਮੌਕੇ ਤੇ ਕਰਾਂ ਦੋਸਤੋ ਬਰੀਡਰ ਮਾਸ਼ਾਅੱਲਾ ਟੁਰਾ ਜਾਂਦਾ ਵੀ ਵਿਖਾ ਰਹੇ ਆ ਦੋਸਤਾਂ ਨੂੰ ਇਹ ਅੱਲਾ ਦੇ ਸਾਥ ਨਾਲ ਮਾਲਕਾਂ ਨੇ ਸਾਂਭਾ ਵੀ ਇੰਜਦਾ ਹੈ ਕਿ ਜ਼ਿੰਦਾ ਮਲੂਮ ਹੁੰਦਾ ਹੈ ਅੰਦਾਜ਼ਾ ਲਗਾ ਰਹੇ ਹਾਂ ਗੱਲ ਕਨਫਰਮ ਤਾਂ ਨਹੀਂ ਅੰਦਾਜ਼ਾ ਹੀ ਲਾ ਰਹੇ ਹਾਂ ਬਾਕੀ ਅੰਦਾਜ਼ਾ 'ਚ ਕੋਈ ਮਾਨਵੀਆਂ ਸਿਰਾਂ ਦਾ ਵਾਧਾ ਘਾਟਾ ਹੋ ਸਕਦਾ ਜ਼ਿੰਦਾ ਬਾਈਮਾਨ ਮਲੂਮ ਹੋ ਰਿਹਾ ਹੈ ਬਾਕੀ ਗੋਸ਼ਤ ਜਿਹੜਾ ਸਾਫ਼ ਹੀ ਗੋਸ਼ਤ ਹੈ ਨਾ ਉਮੀਦ ਅੱਲਾ 'ਤੇ ਹੈ ਕਿ 14 ਮਣ ਪੱਕਾ 15 ਮਣ ਜੋਟਾ ਹੈ ਅਤੇ ਇਨਸ਼ਾਅੱਲਾ ਤਾਲਾ ਮੁੱਲ ਇਹ ਬਰਾਵਾਂ ਨਾਲ ਬੜੇ ਝਗੜੇ ਕਰਸਾਂ ਕਿਸੇ ਦੋਸਤ ਮਾਸ਼ਾਅੱਲਾ 15-14 ਮਣ ਜੋਟਾ ਮਲੂਮ ਹੁੰਦਾ ਪਈ ਹੈ 15 ਮਣ ਹੋਵੇ ਤਾਂ ਜੋਟਾ ਮੁਫਤ ਅੱਛਾ ਹਾਂਜੀ ਸਾਡਾ ਅੰਦਾਜ਼ਾ ਕੀ ਆਣਾ ਗੱਟ ਲੱਗਾ ਚਲੋ ਕੋਈ ਗੱਲ ਨਹੀਂ ਦੋਸਤ ਮੌਕੇ ਤੇ ਆ ਤੇ ਵੇਖ ਲਈ ਸਨ ਬਾਕੀ ਸਾਡਾ ਇਹ ਫਰਜ਼ ਬਣਦਾ ਹੈ ਬਿਲਕੁਲ ਤੋਲਾ ਮਾਸਾ ਘੱਟ ਦੱਸਣਾ ਕਿਉਂ ਕੋਈ ਦੋਸਤ ਮੌਕੇ ਤੇ ਆਵੇ ਤਾਂ ਇਹ ਕੋਈ ਗੱਲ ਨਾ ਸਮਝੇ ਤੁਹਾਡੀਆਂ ਅੱਖੀ ਸਾਹਮਣੇ ਨਜ਼ਰ ਆ ਰਹੀ ਹੈ 15 ਮਣ ਦਾ ਤਾਂ ਨਹੀਂ ਠੀਕ ਹੈ ਇਹ ਹੁਣ ਜਨਾਬ ਦੇ ਲਈ ਆਪਣੇ ਫਾਰਮ ਤੇ ਜਾ ਰਹੀ ਹੈ ਜੋਟਾ ਤੇ ਇੱਕ ਨਾਮ ਹੈ ਨਾ ਜੋਟਾ ਤੇ ਇੱਕ ਨਾਮ ਹੈ ਤੇ ਮਾਸ਼ਾਅੱਲਾ ਗੱਲ ਸ਼ੱਕ ਨਹੀਂ ਕਿ ਵੀ ਵਾਕਿਆ ਟਰੈਕਟਰ ਹੋਇਆ ਲੋਹੜੀ ਬਿਲਡੋਜ਼ਰ ਮਾਲਕ ਆਖਦੇ ਨੇ ਸਾਡੀ ਮੱਝ ਮਾਸ਼ਾਅੱਲਾ ਦੋਸਤੋ ਹੁਣ 7-8 ਸੂਹੇ ਚ ਹੋਈ ਖੜੀ ਏ ਸਿੰਘੀ ਪਹਿਲੇ ਸੂਹੇ ਤੇ ਮਾਸ਼ਾਅੱਲਾ ਬੜੀ ਇਹਦੀ ਕਤਰੀ ਕਤਰੀ ਆਈ ਮਾੜੇ ਜਿਹੇ ਛਿੱਕੇ ਸੂ ਸਿਰ ਤੇ ਥਣ ਵੇਖ ਲਓ ਅਜੇ ਤਾਈ ਮਾਸ਼ਾਅੱਲਾ ਉਵੇਂ ਮੋਠ ਮੋਠ ਤਾਂ ਲਈ ਵੰਦੀ ਏ ਦੁਬਾਰਾ ਮਿਲ ਰਹੀ ਦਸ ਲੀਟਰ ਸੁਬਹ ਦਸ ਸ਼ਾਮ ਗੱਡੀ ਮਾਰ ਕੇ ਹਾਲੇ ਟਾਈਮ ਰਹਿੰਦਾ ਤਾਂ ਬੰਨ ਲੈ ਹਾਂਜੀ ਹੁਣ ਅਸੀਂ ਬੰਨ ਲੈਨੇ ਆ ਹਾਂਜੀ 12 ਵਜੇ ਨੇ ਤੇ ਵੇਖ ਲਓ ਫੜ ਲਈ ਖੜੀ ਹਾਂ ਮਾਸ਼ਾਅੱਲਾ ਹਾਲੇ ਤੱਕ ਸ਼ਾਮ ਨੇ ਖਿੱਚ ਲਓ ਅਸੀਲ ਸਾਹਿਬ ਆਦੇ ਟਾਈਮ ਤੇ ਚਵਾਈ ਕਰ ਲਵੇ ਤੁਸੀਂ ਮੰਨ ਲਓ ਮਾਸ਼ਾਅੱਲਾ
ਅਜੇ ਤੱਕ 12 ਦਾ ਟਾਈਮ ਹੈ, 12 1 ਦਾ ਟਾਈਮ ਹੈ ਤੇ ਮਾਲਕ ਆਖਦੇ ਨੇ ਜਦੋਂ ਸ਼ਾਮ ਹੋਣੀ ਹੈ ਹੁੰਦੀ ਹੈ ਨਾ ਮੱਝ ਤੁਰਨ ਫਿਰਨ ਤੋਂ ਔਖੀ ਹੋ ਜਾਂਦੀ ਹੈ, ਇਸ ਵਾਸਤੇ ਅਸੀਂ ਇਹਨੂੰ ਬੰਨੀ ਘਰੇ ਰੱਖਣੇ ਹੈ। ਬਾਕੀ ਸਾਰੀਆਂ ਗੱਲਾਂ ਦੋਸਤਾਂ ਨੂੰ ਖਰੀਆਂ ਲੈ ਕੇ ਦਿੱਤੀਆਂ, ਮਾਲਕ ਵੀ ਮਾਸ਼ਾਅੱਲਾ ਖਰੀਆਂ ਗੱਲਾਂ ਕਰਦੇ ਪਏ ਨੇ ਮਾਸ਼ਾਅੱਲਾ। ਇਹ ਮਲੂਮ ਵੀ ਹੋ ਰਿਹਾ ਮਾਨੇ ਤੋਂ ਮਾਸ਼ਾਅੱਲਾ ਕਿ ਥੱਬਿਆਂ ਦਾ ਮਾਨਾ ਇਸ ਮੁੱਠ 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 ਦਾ ਥਾਂ ਲਈ ਬੰਦੀ 800 ਸੂ ਤੇ ਮੁੱਠ ਮੁੱਠ ਦਾ ਤੇ ਉਵੇਂ ਗਿੱਠ ਗਿੱਠ ਦੀਆਂ ਵਿਰਲਾਂ ਸੁਣ ਆਪ ਵੀ ਪੂਰੇ ਸੂ ਕੱਦ ਵੀ ਮਾਸ਼ਾਅੱਲਾ ਤੇ ਬਰੀਕ ਤਾਂ ਵੇਖ ਲਓ ਹਾਲੇ ਪੱਸੀ ਤਾਂ ਤੁਹਾਨੂੰ ਬਿਲਕੁਲ ਐ ਵਿਰਲਾ ਨਹੀਂ ਗਿਆ ਉਸ। ਹਾਂਜੀ ਕੀ ਆਖੇ ਭਾਈ ਜਿਸ ਪਾਸ ਭਾਈ ਤੇ ਮੋੜ ਦੇ ਵੀਡੀਓ ਬਣੇ ਤਾਂ ਹਾਲੇ ਤੱਕ ਤਾਂ ਟਾਈਮ ਨਹੀਂ ਹੈ। ਅੱਛਾ ਪਸਮੀ ਜ਼ਿਆਦਾ ਵਿਰਲਾ ਕਰ ਜਾਂਦੀ ਹੈ ਜ਼ਿਆਦਾ ਜੀ ਠੀਕ ਹੈ। ਇਹ ਦੋਸਤੋ ਇਸ ਫਾਰਮ ਦਾ ਮਾਲ ਹੈ, ਮਾਂ ਵੀ ਵਿਖਾ ਦਿੱਤੀ ਹੈ, ਬਾਕੀ ਬਰੀਡਰ ਵੀ ਵਿਖਾ ਦਿੱਤਾ। ਨੰਬਰ ਸਾਡਾ 0300 ਪੂਰਾ 3392728। ਅਗਰ ਵੀਡੀਓ ਅੱਛੀ ਲੱਗੇ ਨਹੀਂ ਔਰ ਅੱਛੀ ਬਿਹਤਰੀਨ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਜਮ ਦੋਲੇ ਹਾਂਜੀ ਹੋ ਮੁੱਚ ਬੱਗੀ ਜਮ ਦੋਲੇ ਹਾਂਜੀ ਜਮ ਦੋਲੇ ਚੱਲ ਯਾਰ ਚਲੋ ਨਾ ਵਿਖਾਣਾ। ਮਾਸ਼ਾਅੱਲਾ ਇਸ ਫਾਰਮ ਤੇ ਬਾਈ ਦੇ ਫਾਰਮ ਤੇ ਇੱਕ ਮੁੱਚ ਬੱਗੀ ਮਾਸ਼ਾਅੱਲਾ ਜੈਨਵਨ ਜਮਦੀ ਦੁੱਲ ਵੀ ਖੜੀ ਹੈ, ਉਹ ਵੀ ਦੋਸਤਾਂ ਨੂੰ ਵਿਖਾਣੇ ਆ। ਇਹ ਵੀ ਜੋਟੇ ਦੀ ਨਸਲ ਦੀ ਮਾਸ਼ਾਅੱਲਾ ਨਜ਼ਰ ਵੀ ਆਉਂਦੀ ਜੋਟੇ ਦੀ ਪੈਣ।